ਅੱਜ ਜਿਵੇਂ ਹੀ ਆਮ ਆਦਮੀ ਪਾਰਟੀ ਹਾਈ ਕਮਾਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਤੋਂ MLA ਅਮਰਸੇਰ ਸਿੰਘ ਸਰੀ ਕਲਸੀ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਹੈ। ਉਸ ਨੂੰ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਅੱਜ ਜਗਜੀਤ ਸਿੰਘ ਕਾਹਨੂੰ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਵੱਲੋਂ ਸੈਂਕੜੇ ਵਰਕਰਾਂ ਸਮੇਤ ਮਾਰਕੀਟ ਕਮੇਟੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਮਹਾਰਾਜਾ ਰਣਜੀਤ ਸਿੰਘ ਚੌਂਕ ਤੱਕ ਢੋਲ ਦੇ ਵਜਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੈਦਲ ਮਾਰਚ ਕੱਢਿਆ ਗਿਆ। ਉਪਰੰਤ ਵਰਕਰਾਂ ਵੱਲੋਂ ਢੋਲ ਦੇ ਡੱਗੇ ਤੇ ਭੰਗੜਾ ਪਾਉਂਦੇ ਹੋਏ ਆਮ ਆਦਮੀ ਪਾਰਟੀ ਜਿੰਦਾਬਾਦ ਅਤੇ ਸੈਰੀ ਕਲਸੀ ਜਿੰਦਾਬਾਦ ਦੇ ਨਾਰੇ ਲਾਏ ਗਏ। ਇਸ ਮੌਕੇ ਵਰਕਰਾਂ ਵੱਲੋਂ ਸੈਰੀ ਕਲਸੀ ਨੂੰ ਲੋਕ ਸਭਾ ਗੁਰਦਾਸਪੁਰ ਦੀ ਟਿਕਟ ਮਿਲਣ ਤੇ ਚੇਅਰਮੈਨ ਜਗਜੀਤ ਸਿੰਘ ਕਾਹਲੋਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਗਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਅਸੀਂ ਪਾਰਟੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕਾਂ ਦੀਆਂ ਭਾਵਨਾ ਨੂੰ ਸਮਝਦੇ ਹੋਏ ਬਟਾਲਾ ਤੋਂ ਲੋਕਲ MLA ਅਮਰ ਸਿੰਘ ਸੈਰੀ ਕਲਸੀ ਨੂੰ ਜ਼ਿਲ੍ਹਾ ਗੁਰਦਾਸਪੁਰ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਹੈ। ਉਹਨਾਂ ਦੱਸਿਆ ਕਿ ਅਸੀਂ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੱਧ ਵੱਧ ਮੀਟਿੰਗਾਂ ਕਰਕੇ ਪਾਰਟੀ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਘਰ ਘਰ ਤੱਕ ਪਹੁੰਚਾ ਕੇ ਵੱਧ ਵੱਧ ਵੋਟਾਂ ਨਾਲ ਜਿਤਾ ਕੇ ਇਸ ਸੀਟ ਨੂੰ ਪਾਰਟੀ ਹਾਈਕਮਾਂ ਦੀ ਝੋਲੀ ਵਿੱਚ ਪਾਇਆ ਜਾਵੇਗਾ। ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼। ਚੇਅਰਮੈਨ ਸਾਹਿਬ, ਸਾਡੇ ਵੱਲੋਂ ਸਭ ਤੋਂ ਪਹਿਲਾਂ ਵਧਾਈਆਂ ਕਿ ਜੋ ਲੋਕਾਂ ਤੋਂ ਉਮੀਦ ਸੀ ਲੋਕਲ ਉਮੀਦਵਾਰ ਮਿਲ ਗਿਆ, ਕੀ ਕਹਿਣਾ ਚਾਹਾਂਗੇ? ਬੜੇ ਚਿਰਾਂ ਤੋਂ ਸਾਡੇ ਲੋਕਾਂ ਦੀ ਵਲੰਟੀਅਰਾਂ ਦੀ ਇਹ ਮੰਗ ਸੀਗੀ ਵੀ ਲੋਕਲ ਲੀਡਰ ਜਿਹੜਾ ਗਰਾਊਂਡ ਨਾਲ ਜੁੜਿਆ ਹੋਇਆ ਆ ਉਹ ਸਾਨੂੰ ਮਿਲਣਾ ਚਾਹੀਦਾ ਇੱਥੇ, ਅਤੇ ਪਾਰਟੀ ਹਾਈ ਕਮਾਂਡ ਦਾ ਬੜਾ ਧੰਨਵਾਦ ਕਰਦੇ ਹਾਂ ਅਸੀਂ ਪੂਰੇ ਵਰਕਰਾਂ ਵੱਲੋਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਆਪਣੇ ਵੱਲੋਂ ਵੀ ਸਾਡੀਆਂ ਆਸਾਂ 'ਤੇ ਪੂਰੇ ਉਤਰਦੇ ਹੋਏ ਹਾਂ। ਪਾਰਟੀ ਹਾਈ ਕਮਾਂਡ ਨੇ ਇੱਕ ਗਰਾਊਂਡ ਨਾਲ ਜੁੜਿਆ ਆ, ਨੌਜਵਾਨ ਲੀਡਰ ਜਿਹੜਾ ਵਾ ਉਹ ਗੁਰਦਾਸਪੁਰ ਲੋਕ ਸਭਾ ਵਿੱਚ ਉਤਾਰਿਆ ਵਾ, ਅਤੇ ਸਾਨੂੰ ਬੜੀ ਉਮੀਦ ਆ ਅਤੇ ਵਰਕਰਾਂ 'ਚ ਬੜਾ ਉਤਸ਼ਾਹ ਆ ਵੀ ਅਸੀਂ ਤਗੜੇ ਹੋ ਕੇ ਇਹ ਇਲੈਕਸ਼ਨ ਜਿਹੜੀ ਆ ਇਹ ਵਰਕਰ ਕਰਕੇ ਵਰਕਰੀ ਕਰਕੇ ਇਲੈਕਸ਼ਨ ਜਿੱਤ ਕੇ ਜਿਹੜੀ ਆ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂਗੇ। ਸਰ, ਜਿਸ ਤਰ੍ਹਾਂ 3 ਉਮੀਦਵਾਰ ਜਿਹੜੇ ਐਲਾਨੇ ਗਏ ਨੇ, ਇੱਕ ਉਮੀਦਵਾਰ ਹਜੇ ਕਾਂਗਰਸ ਐਲਾਨ ਨਾ, ਬਾਕੀ ਮੁਕਾਬਲਾ ਕਿਸ ਤਰ੍ਹਾਂ ਬਣਦਾ? ਮੁਕਾਬਲਾ ਜਿੱਦਾਂ ਦਾ ਮਰਜ਼ੀ ਹੋ, ਜਿਹੜੇ ਮਰਜ਼ੀ ਲੀਡਰ ਹੋਣ, ਟਫ ਹੋ ਜੇ ਮੁਕਾਬਲਾ, ਲੇਕਿਨ ਸਾਡੇ ਜਿਹੜੇ ਵਰਕਰ ਨੇ ਉਹ ਬੜੇ ਮਜ਼ਬੂਤ ਨੇ, ਕਿਉਂਕਿ ਅਸੀਂ ਜਿਹੜੀ ਥੋੜ੍ਹੀ ਕਮੀ ਪੇਸ਼ੀ ਸਾਡੇ ਕੋਲ ਪਿਛਲੇ 22 ਇਲੈਕਸ਼ਨ 'ਚ ਰਹਿ ਗਈ ਸੀ, ਅਸੀਂ ਉਹਨੂੰ ਵੀ ਪੂਰਾ ਕਰਾਂਗੇ ਅਤੇ ਇੱਕ ਲੀਡ ਨਾਲ ਵੱਡੀ ਲੀਡ ਨਾਲ ਜਿਹੜੀ ਇਹ ਜਿਹੜੀ ਜਿੱਤ ਹੈ ਇਹ ਪਾਰਟੀ ਦੀ ਝੋਲੀ 'ਚ ਪਾਵਾਂਗੇ। ਵਰਕਰ ਸਾਡੇ ਬੜੇ ਮਜ਼ਬੂਤ ਨੇ ਅਜੇ। ਸਰ, ਆਗਾਜ਼ ਜਿਹੜਾ ਹੋ ਚੁੱਕਾ, ਕਿਸ ਤਰ੍ਹਾਂ ਦਾ ਮਤਲਬ ਜਾ ਰਹਿਣਗੀਆਂ ਮੀਟਿੰਗਾਂ ਦਾ ਸਿਲਸਿਲਾ, ਕਿਸ ਤਰ੍ਹਾਂ ਜਾ ਰਿਹਾ? ਇਹ ਅੱਜ ਤੋਂ ਹੀ ਕੰਪੇਨਿੰਗ ਜਿਹੜੀ ਹੈ ਸਾਡੀ ਅੱਜ ਤੋਂ ਸਟਾਰਟ ਆ, ਅਸੀਂ ਅੱਜ ਤੋਂ ਜਿਹੜੀ ਹੈ ਪਿੰਡਾਂ 'ਚ ਨੁੱਕਰ ਮੀਟਿੰਗਾਂ ਅਤੇ ਵੱਡੀਆਂ ਰੈਲੀਆਂ ਦੇ ਰੂਪ ਵਿੱਚ ਜਿਹੜੀ ਇਹ ਲਾਮਬੰਦ ਕਰਾਂਗੇ ਲੋਕਾਂ ਨੂੰ ਜਿਹੜੀ ਪ੍ਰਾਪਤੀਆਂ ਨੇ ਸਾਡੀਆਂ ਸਰਕਾਰ ਦੀਆਂ, ਦੋ ਮੈਂ ਅਜੇ ਇੱਕ 2 ਸਾਲਾਂ ਦੇ ਵਿੱਚ ਜਿਹੜਾ ਵਾ ਇਤਿਹਾਸ ਰਚਣ ਵਾਲਾ ਜਿਹੜਾ ਕੰਮ ਹੈ ਆਮ ਆਦਮੀ ਪਾਰਟੀ ਨੇ ਕੀਤਾ, ਅਸੀਂ ਘਰ ਘਰ ਲੋਕਾਂ ਨੂੰ ਪਹੁੰਚਾਵਾਂਗੇ ਜਾ ਕੇ, ਅਸੀਂ ਵੱਡੀਆਂ ਰੈਲੀਆਂ ਨੁੱਕੜ ਮੀਟਿੰਗਾਂ ਦੇ ਤੌਰ ਤੇ ਜਾ ਕੇ ਅਸੀਂ ਵਰਕ ਕਰਕੇ ਤੇ ਪਾਰਟੀ ਦੀ ਜਿਹੜੀ ਆ ਉਹ ਜਿੱਤ ਨੂੰ ਜਿਹੜੀ ਬਰਕਰਾਰ ਕਰਾਂਗੇ। ਸਰ, ਜਿਸ ਤਰ੍ਹਾਂ 2022 ਦੇ ਵਿੱਚ ਲੋਕਾਂ ਨੇ ਮੰਨ ਲਓ ਗੁਰਦਾਸਪੁਰ ਭਈਆ ਨੇ ਗਲਤੀ ਕੀਤੀ, ਕਿ ਲੱਗਦਾ ਕਿ ਇਸ ਵਾਰ ਮਤਲਬ ਪੂਰੇ ਫੁੱਲ ਬਹੁਤ ਮਤ ਨਾਲ ਜਿਤਾਉਣਗੇ? ਨਹੀਂ, ਜਿਹੜੀ ਗਲਤੀ ਇੱਕ ਵਾਰ ਹੋ ਗਈ ਹੈ ਮੈਨੂੰ ਨਹੀਂ ਲੱਗਦਾ ਵੀ ਲੋਕ ਦੋਹਰੇ ਦੁਹਰਾਉਣਗੇ। ਵੱਡੀ ਗੱਲ ਇਹ ਆ ਵੀ ਅਸੀਂ ਹੁਣ 2 ਸਾਲ ਹੋ ਗਏ ਸਰਕਾਰ ਦੇ ਵਿੱਚ ਸਾਨੂੰ, ਤੇ ਲੋਕਾਂ ਨੂੰ ਪਤਾ ਵਾ ਵੀ ਸੱਚਾ ਕਿਹੜਾ ਤੇ ਝੂਠਾ ਕਿਹੜਾ ਵਾ। 2 ਸਾਲ 'ਚ ਜਿਹੜੇ 75 ਸਾਲਾਂ ਦੇ ਅੜੇ ਹੋਏ ਕੰਮ ਸੀਗੇ ਉਹ ਸਰਕਾਰ ਨੇ 2 ਸਾਲ ਦੇ ਵਿੱਚ ਮੈਚ ਪੂਰੇ ਕੀਤੇ ਨੇ, ਲੋਕ ਐਰ ਕੀ ਪੂਰਾ ਭਰਵਾਂ ਜਿਹੜਾ ਸਾਥ ਸਾਡਾ ਦੇਣਗੇ। ਫਿਲਹਾਲ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਗਦੇ? ਮੁਕਾਬਲਾ ਅਸੀਂ ਤਾਂ ਕਿਸੇ ਨਾਲ ਨਹੀਂ ਕਹਿੰਦੇ ਹੈਗੇ, ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਅਸੀਂ ਸਾਡੀ ਜਿਹੜੀ ਆ ਪਾਰਟੀ ਆ ਉਹ ਸਟਰੋਂਗ ਆ, ਕੰਮ ਵੀ ਚੰਗੇ ਕੀਤੇ ਹੋਏ ਨੇ, ਤੇ ਬਾਕੀ ਜਿਹੜੇ ਉਤਰੇ ਨੇ ਵਿੱਚ ਅਕਾਲੀ ਦਲ ਦੇ ਲੀਡਰ ਉਤਰੇ ਨੇ ਜਾਂ ਭਾਜਪਾ ਦੇ ਉਤਰੇ ਨੇ, ਕਾਂਗਰਸ ਦੇ ਰਹਿ ਗਏ ਨੇ, ਮੁਕਾਬਲਾ ਤਾਂ ਚਲੋ ਅਸੀਂ ਮੰਨਦੇ ਹਾਂ ਵੀ ਕਾਂਗਰਸ ਦੇ ਨਾਲ ਹੀ ਲਗਭਗ ਹੈਗਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਾਈਕਮਾਂਡ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੈਰੀ ਕਲਸੀ ਨੂੰ ਟਿਕਟ ਦਿੱਤੀ ਹੈ।
ਨੌਕਰ ਬੰਦਾ ਹੀ ਦੁਨੀਆ ਚਾਹੁੰਦੀ ਹੈ ਕਿ ਨੌਕਰ ਬੰਦਾ ਵਾਲੇ ਲੱਖ ਲੱਖ ਜਾਏ। ਹਰ ਬੱਚਾ, ਹਰ ਜਵਾਨ, ਹਰ ਬਜ਼ੁਰਗ ਉਹਦੇ ਨਾਲ ਬਹੁਤ ਪਿਆਰ ਕਰਦਾ ਹੈ। ਇਹ ਤੁਸੀਂ ਬਿਲਕੁਲ ਪੱਕਾ ਹੈ ਕਿ ਸੀਟ ਜਿੱਤੀ ਜਾਏਗੀ।